ਵਿਰਕਾ ਸਾਹਿਬ, ਸੁਖਦੇਵ ਸਿੰਘ ਢੀਂਡਸਾ ਔਰ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਵਿਚਾਰ ਚੱਲ ਰਿਹਾ ਕਿ ਇੱਕ ਚੌਥਾ ਫਰੰਟ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਏਗਾ। ਬਈ ਇਹ ਚਿਲਰ ਪਾਰਟੀ ਇਕੱਠਾ ਹੋਣਾ ਚਾਹੁੰਦੀ ਹੈ, ਇਹ ਭਾਨ ਨਹੀਂ ਹੁੰਦਾ ਢੇਲੀਆਂ ਪੋਲੀਆਂ, ਬਈ ਇਹ ਪਤਾ ਨਹੀਂ ਕਦੋਂ ਖਿਲਰ ਜਾਣੇ ਭਾਈ। ਅਤੇ ਇੱਕ ਪਾਸੇ ਚਾਂਦੀ ਦਾ ਇਹ ਖਰਾ ਸਿੱਕਾ ਕਾਂਗਰਸ ਦਾ ਸੋਲਿਡ ਸਿੱਕਾ, ਇੱਕ ਪਾਸੇ ਚਿਲਰ ਪਾਰਟੀ, ਇਹ ਮੁਕਾਬਲਾ ਨਹੀਂ ਕਰ ਸਕਦੀ। ਕਹੀਂ ਕੀਟ ਕਹੀਂ ਕਾ ਰੋੜਾ, ਬਾਂਗਮਤੀ ਨੇ ਕੁੰਬਾ ਜੋੜਾ, ਇਹ ਇੱਟ ਰੋੜਿਆਂ ਦੀ ਪਾਰਟੀ, ਇਹ ਪਤਾ ਨਹੀਂ ਕਦੋਂ ਖਿਲਰ ਜੇ ਭਾਈ। ਕਾਂਗਰਸ ਪਾਰਟੀ ਛਿੱਕੇਬੰਦ ਪਾਰਟੀ ਹੈ, ਕੱਲਿਆਂ ਲੜੇਗੀ, ਟੀਚਾ ਪੂਰਾ ਕਰੇਗੀ। 2022 ਦੇ ਵਿੱਚ ਕਾਂਗਰਸ ਪਾਰਟੀ ਦੁਬਾਰਾ ਸਰਕਾਰ ਬਣਾਏਗੀ।